ਦਿਲ ਚ ਨਾ ਪੋ ਸਕੇ ਠੀਕ ਹੈ ਰਾਜੀ ਖੁਸ਼ੀ ਹੋ ਆਪਣੇ ਸਹੁਰਿਆਂ ਕਰ ਜੀ ਚੰਗਾ ਪੁੱਤ ਮੇਰੀ ਧੀ ਨੂੰ ਰਾਜੀ ਅੱਗੇ ਫੋਨ ਵੀ ਲੈ ਗਈ ਇਹਨੂੰ ਨਾ ਹਾਂ ਕੋਈ ਗੱਲ ਨਹੀਂ ਫੋਨ ਲੈ ਦੇ ਮੇਰੀ ਧੀ ਬੜੀ ਰਾਜੀ ਹੈ ਚਲੋ ਚਲੋ ਚਲਾ ਮੰਮੀ ਨੂੰ ਨਾ ਸਲਾਹ ਦਿੰਦੀ ਹਾਂ ਇਹਨੂੰ ਚੌਂਕੇ ਚੜਾਓ ਇਹ ਥੋੜ੍ਹੀ ਸਾਰਾ ਦਿਨ ਅੰਦਰ ਵੜ ਕੇ ਬੈਠੀ ਰਹਿਣਾ ਦੇ ਦਿੱਤੇ ਫੜਾ ਦਿੱਤੇ ਤੇ ਖਾ ਲਈ ਆ ਪੰਨੀ ਪੈਣੀ ਸਾਰਾ ਅੰਦਰ ਮੇਰੇ ਸਿਰ ਤੇ ਸੁੱਕਿਆ ਗੱਲ ਨਾ ਕਰਕੇ ਆਵਾਂ ਮੰਮੀ ਬੈਠੇ ਉੱਥੇ ਇਹ ਤਾਂ ਅੰਦਰ ਵੜੀ ਆ ਪਹਿਲਾਂ ਪਹਿਲਾਂ ਗੱਲ ਕਰ ਲਈ ਵੀ ਅੱਜ ਚੜਾਓ ਉਹਨੂੰ ਚੌਂਕੇ ਟੋਕਰੀ ਜੀ ਦਿੱਤੀ ਸੀ ਆਖੇ ਜੀ ਉਰੋਂ ਤਾਂ ਬੜਾ ਕਹਿਤਾ ਆਖੇ ਚਾਰ ਪੰਜ ਬੰਦੇ ਭੇਜੋ ਜੀ ਚਾਰ ਪੰਜ ਬੰਦੇ ਭੇਜੋ ਜੀ ਟੋਕਰਾ ਚੁੱਕਣ ਵਾਸਤੇ ਤੇ ਜਾ ਕੇ ਵੇਖਿਆ ਉਹ ਤਾਂ ਮੇਰੇ ਹਿਸਾਬ ਨਾਲ ਨਾ ਆ ਬਹੁਤੇ ਉਹਨਾਂ ਨੇ ਦਮਾਣੇ ਤੇ ਪਪੀਤੇ ਹੀ ਬਸ ਫਿਰਦੇ ਫਿਰਦੇ ਸੀ ਤੇ ਉਹਦਾ ਹੀ ਭਾਰ ਸੀ ਹਾਂ ਤੇ ਦੂਜੀ ਇਹ ਗੱਲ ਮੈਂ ਤੁਹਾਨੂੰ ਇਹ ਵੀ ਕਹਿਣੀ ਸੀ ਹਾਂ ਤੁਸੀਂ ਮੈਨੂੰ ਕਿਹਾ ਸੀ ਰੋਟੀ ਵੱਲੋਂ ਤੇ ਰੋਟੀ ਖਾਣ ਜਾਣੀ ਬਾਅਦ ਮੈਂ ਇਹ ਗੱਲ ਕੀਤੀ ਸੀ ਰਾਤ ਦੀ ਗੱਲ ਕਰਨੀ ਆ ਉਹ ਰਾਤੀ ਮੈਂ ਕਿਹਾ ਸੀ ਕਿਸੇ ਨੇ ਰੋਟੀ ਕੀਤੀ ਹੈ ਨਹੀਂ ਉੱਥੋਂ ਕੀ ਨਿਕਲਣਾ ਮੈਂ ਤਾਂ ਜਦੋਂ ਵੇਖਿਆ ਸਗਨ ਹੈ ਕੀ 500 ਰੁਪਇਆ ਲਫਾਫੇ ਚ ਪਾ ਦਿੱਤਾ ਮੈਂ ਤਾਂ ਲਫਾਫਾ ਵੇਖ ਕੇ ਹੈਰਾਨ ਹੋ ਗਈ ਇਹੋ
ਅਜੇ ਫੋਨ ਕਰਾਇਆ ਵੀ ਸੀ ਇੱਥੇ ਫੋਨ ਕਰਦੇ ਵੀ ਚਾਰ ਜਣੇ ਨੇ ਆਉਣਾ ਵਾ ਮੈਂ ਕਹਿੰਦੀ ਪਹਿਲੇ ਫੇਰੇ ਚ ਕੱਪੜੇ ਬਣਦੇ ਸੀ ਪੰਜ ਪੰਜ ਸੌ ਨਹੀਂ ਬਣਦੇ ਚਲ ਸਾਨੂੰ ਤਾਂ ਉਹਨਾਂ ਨੂੰ ਤਾਂ ਨਾ ਦਿੰਦੇ ਸਾਨੂੰ ਤਾਂ ਉਹਨਾਂ ਨੂੰ 1100 ਤੁਹਾਨੂੰ ਦਿੰਦੇ 1100 ਮੈਨੂੰ ਦਿੰਦੇ ਮੰਮੀ ਦੇ ਕੱਪੜੇ ਲਾਉਂਦੇ ਨਾ ਸਗਨ ਦਿੰਦੇ ਕੱਖ ਵੀ ਨਹੀਂ ਕੀਤਾ ਹੈਗਾ ਬਸ ਬਹੁਤ ਹੋ ਚੁੱਕਾ ਪਹਿਲੇ ਫੇਰੇ ਤੱਕ ਹੀ ਗੱਲ ਸੀ ਜੋ ਵੀ ਹੈ ਨਾ ਇਹਦੇ ਨਾਲ ਗੱਲਬਾਤ ਅੱਜ ਕਰਨੀ ਪੈਣੀ ਹੈ ਪਹਿਲਾਂ ਚੜਾਓ ਚੌਂਕੀ ਤੇ ਬਾਅਦ ਚੋਂ ਕਰੋ ਗੱਲਬਾਤ ਇਹਦੇ ਨਾਲ ਰਣਜੀਤ ਕਿੱਥੇ ਗਿਆ ਬਾਹਰ ਗਿਆ ਹੋਇਆ ਨਾ ਬਾਹਰ ਗਿਆ ਵਾ ਕੋਈ ਨੀ ਉਹਨੂੰ ਆ ਲੈਂਦੇ ਤੇ ਵੈਸੇ ਮੈਂ ਰਣਜੀਤ ਦੇ ਆਉਣ ਤੋਂ ਪਹਿਲਾਂ ਹੀ ਗੱਲ ਕਰ ਲਵਾਂ ਮੈਂ ਤਾਂ ਕਹਿੰਦੀ ਪਹਿਲੋਂ ਕਰ ਲਓ ਰਣਜੀਤ ਦੀ ਤੇ ਆਪਣੀ ਤੇ ਇੱਕ ਗੱਲ ਆ ਉਹਨੂੰ ਕਿਤੇ ਪੁੱਛਣਾ ਜੇ ਨਾਲੇ ਆਪਾਂ ਕੋਲ ਆ ਗਿਆ ਲੈਣੀ ਕੋਈ ਇਹਨੂੰ ਚੌਂਕ ਚੜਾਈਏ ਕਿ ਨਾ ਚੜਾਈਏ ਠੀਕ ਹੈ ਫਿਰ ਕਰਦੀ ਹੈ ਕਾਰਵਾਈ ਜਿਹੜੀ ਕਰਦੀ ਹੈ ਚਲੋ ਵੇਖ ਲਿਆ ਬਾਕੀ ਇੱਕ ਗੱਲ ਦੱਸਾਂ ਸਿਰਫ ਚੋਲੀ ਨੇ ਗੱਪਾਂ ਹੀ ਮਾਰੀਆਂ ਸੀ ਉਹ ਕਿ ਬੰਦੇ ਇਸ ਤਰ੍ਹਾਂ ਦੇ ਬੰਦੇ ਉਸ ਤਰ੍ਹਾਂ ਦੇ ਕਾਹੇ ਜੋਗੇ ਬੰਦੇ ਨਹੀਂ ਹੈਗੇ ਆ ਸਮੋਸੇ ਵੇਖੇ ਰੱਖੇ ਇਹਨਾਂ ਨੇ ਹੈ ਇਹਨੇ ਸਮੋਸੇ ਮੰਮੀ ਲੱਗਦਾ ਆਪ ਹੀ ਘਰ ਕੱਢੇ ਔਰ ਗਿਣਤੀ ਦੇ ਸਮੋਸੇ ਲਿਆਂਦੇ ਤੇ ਰੋਟੀ ਕਿਹੜੀ ਚੱਜ ਦੀ ਦਿੱਤੀ ਰੋਟੀਆਂ ਦਾਲ ਤੇ ਮਾੜਾ ਜਿਹਾ ਪਨੀਰ ਬਣਾ ਛੱਡਿਆ ਬਸ
ਕਿੱਡਾ ਵਧੀਆ ਹੁੰਦਾ ਤੇ ਵਿਆਹ ਤੇ ਖੇਸ ਵਾਇਆ ਇੰਨਾ ਚੰਗਾ ਚੁੰਨੀ ਚੜਾਵਾ ਕਰ ਦਿੰਦੇ ਜਿੰਨੀਆਂ ਵਿਚੋਲਣ ਮੰਮੀ ਗੱਲਾਂ ਕਰਦੀ ਸੀ ਨਾ ਵੀ ਜੰਜ ਦੀ ਸੇਵਾ ਹੈ ਵਧੀਆ ਹੋਏਗੀ ਬਰਾਤੀ ਦੀ ਸੇਵਾ ਹੈ ਵਧੀਆ ਕੀਤਾ ਹੀ ਕੱਖ ਨੀ ਮੈਂ ਕਿਹਾ ਮੁੰਡਾ ਬਾਹਰ ਹੈ ਚੱਲ ਕਰੂਗਾ ਕੋਈ ਵਧੀਆ ਪ੍ਰੋਗਰਾਮ ਹੋਊਗਾ ਪਰ ਨਾ ਕੁਛ ਵੀ ਨਹੀਂ ਆਪਾਂ ਤਾਂ ਰਿਸ਼ਤਾ ਐਸੇ ਕਰਕੇ ਕੀਤਾ ਸੀ ਕਿ ਕੁੜੀ ਦਾ ਭਰਾ ਬਾਹਰ ਹੈਗਾ ਚਾਰ ਪੈਸੇ ਲਾਊਗਾ ਪਰ ਕੰਬਲ ਵੀ ਕੀ ਦਿੱਤੇ ਆ ਸਿੰਗਲ ਬੈੱਡ ਦੇ ਅੱਜ ਕੱਲ੍ਹ ਸਿੰਗਲ ਬੈੱਡਾਂ ਦੇ ਕੰਬਲ ਦਾ ਕਿਹੜਾ ਰਿਵਾਜ਼ ਹੈ ਤੂੰ ਕਿਹੜੇ ਪੂਰੇ ਸਿੰਗਲ ਬੈੱਡ ਦੇ ਆ ਇੰਨੇ ਇੰਨੇ ਕੰਬਲ ਚ ਭਾਵੇਂ ਚੁੱਕ ਕੇ ਬੱਚੇ ਥੱਲੇ ਵਿਛਾ ਲਓ ਉਹ ਆਪਣੇ ਤੇ ਵੀ ਨਹੀਂ ਆਣੇ ਹੈਗੇ ਪੂਰੇ ਉਹੀ ਨਾ ਵਿਆਹ ਕਰਕੇ ਬਾਹਰ ਜਾਣ ਦੀ ਕੀਤਾ ਇਹ ਨਹੀਂ ਵੀ ਮੈਂ ਦੋ ਚਾਰ ਦਿਨ ਰਹਿ ਹੀ ਜਾਵਾਂ ਮੱਗੇ ਰਾਣੀ ਨਾਲ ਗੱਲ ਇਹੋ ਕਰਨੀ ਸੀ ਜੇ ਤੇਰਾ ਸਾਲਾ ਹੁੰਦਾ ਤੇ ਆਪਾਂ ਚਾਰ ਬੰਦਿਆਂ 'ਚ ਬਹਿੰਦੇ ਉੱਥੇ ਮੈਂ ਕਿਹਾ ਮੈਨੂੰ ਬੁੱਢੀਆਂ 'ਚ ਬਿਠਾ ਛੱਡਿਆ ਨੇ ਰਾਣੀ ਨੇ ਉੱਥੇ ਹੈ ਬੁੱਢੀਆਂ ਬੁੱਢੀਆਂ 'ਚ ਬਹਿਣਾ ਨਹੀਂ ਦੋਨਾਂ ਨੇ ਉੱਥੇ ਕਿਹੜਾ ਬੰਦਾ ਵਾ ਭਰਾ ਤੇ ਉਹਦਾ ਹੁਣ ਬਾਹਰ ਚੱਲ ਗਿਆ ਵਾ ਦੂਜਾ ਕੱਪੜੇ ਪੁੱਛਦੇ ਉਹਨੂੰ ਰਾਤ ਦੀ ਤਾਂ ਮੇਰੇ ਨਾਲ ਗੱਲ ਨਹੀਂ ਕੀਤੀ ਇੱਕੋ ਗੱਲ ਕਹਿੰਦਾ ਸੀ ਕਿ ਮੰਮੀ ਮੈਂ ਥੱਕਿਆ ਬੜਾ ਮੈਂ ਤੁਹਾਨੂੰ ਸਵੇਰੇ ਗੱਲ ਕਰੂੰਗਾ ਚੱਲ ਕੱਢ ਉਹਨੂੰ ਕਮਰੇ 'ਚੋਂ ਬਾਹਰ ਤੇ ਚੜਾਈਏ ਚੌਂਕੇ ਉਹਨੂੰ ਇੱਥੇ ਲੈ ਕੇ ਆਵਾਂ ਆਵਾਜ਼ ਮਾਰ ਕੇ ਲੈ ਕੇ ਕੀ ਆਣਾ ਉਹਦਾ ਆਖਿਰ ਤੇਲ ਚੌਂਕੇ ਮੱਗੇ ਨੇ ਖਾਣਾ ਆ ਫੜ ਉਹਨੂੰ ਤੇ ਵਾਰਡ ਚੌਂਕੇ 'ਚ ਉਹਨੂੰ ਕਹਿ ਚੱਲ ਕੰਮ ਕਰ ਮੇਲ ਲੱਗੀ ਨਾਲੇ ਪਤਾ ਲੱਗੇ ਕਿ ਕੰਮ ਹੁੰਦਾ ਵੀ ਹੈ ਕਿ ਨਹੀਂ ਸ਼ਮੀ ਮੇਰੇ ਨਾਲ ਦਾ ਸੂਟ ਪਾ ਲਿਆ ਵੇਖਿਆ ਮੰਮੀ ਨੇ ਸੂਟ ਬਣਾਏ ਤੇਰੇ ਤੇ ਮੇਰੇ ਇੱਕੋ ਜਿਹੇ ਸੂਟ ਬਣਾਏ ਆ ਵੇਖਿਆ ਲੱਗਦਾ ਸੂਟ ਪਾਇਆ ਤੇ ਦੂਜੀ ਇਹ ਗੱਲ ਆਪਣੀ ਭਾਬੀ ਨਾਲ ਕੀਤੀ ਨੀ ਗੱਲ ਸੂਟ ਦੀ ਮੇਰੀ ਕੀਤੀ ਸੀ ਦੀਦੀ ਉਹਨਾਂ ਨੇ ਮੈਨੂੰ ਪੈਸੇ ਦੇ ਦਿੱਤੇ ਆ ਥੋੜੇ ਜਿਹੇ ਤੇ ਕੋਈ ਗੱਲ ਨਹੀਂ ਮੈਂ ਬਣਾ ਲਾਂਗੀ ਤੁਹਾਨੂੰ ਵਧੀਆ ਸੂਟ ਭਾਵੇਂ ਤੁਸੀਂ ਮੇਰੇ ਨਾਲ ਜਾ ਕੇ ਲੈ ਆਇਓ ਤੇ ਭਾਵੇਂ ਪੈਸੇ ਫੜ ਲਓ ਨਹੀਂ ਕੋਈ ਨੀ ਤੂੰ ਮੈਨੂੰ ਪੈਸੇ ਫੜਾ ਦੀ ਮੈਂ ਆਪੇ ਲੈ ਆਵਾਂਗੀ ਚਲਾ ਉਹਦਨ ਨੀ ਕਿਹੜੇ ਪੈਸਿਆਂ ਦੀ ਗੱਲ ਕਰਨ ਡਈ ਹੈ ਪੈਸੇ ਦੇ ਦਿੱਤੇ ਕਿਹੜੇ ਪੈਸੇ ਦੇ ਦਿੱਤੇ ਮੰਮੀ ਜੀ ਦੀਦੀ ਕਹਿੰਦੇ ਸੀ ਕਿ ਮੈਨੂੰ ਨਾ ਸੂਟ ਪਸੰਦ ਨਹੀਂ ਆ ਜਿਹੜਾ ਤੁਹਾਡੇ ਵੱਲੋਂ ਉਧਰੋਂ ਆਇਆ ਵਾ ਤੇ ਮੈਂ ਫਿਰ ਪੈਸੇ ਹੋਰ ਲੈ ਆਈ ਆ ਤੇ ਮੈਂ ਕਿਹਾ ਆਪਣੀ ਪਸੰਦ ਦਾ ਲੈ ਲੈਣਗੇ ਫਿਰ ਤੂੰ ਵੀ ਮੰਨ ਗਈ ਗੱਲ ਇਹਦੀ ਕਿ ਪੈਸੇ ਇਹ ਉਹਦੇ ਪੇਕਿਆਂ ਦਿੱਤੇ ਹੋਣਗੇ ਪੈਸੇ ਆ ਸਾਡੇ ਤੇਰੇ ਭਰਾ ਦੇ ਇਹ ਬਣਾਉਣ ਡਈ ਆਪਣੇ ਪੇਕਿਆਂ ਦੇ ਨੰਬਰ ਨਹੀਂ ਨਹੀਂ ਮੰਮੀ ਜੀ ਮੈਂ ਆਪਣੀ ਮੰਮੀ ਮੈਂ ਤੇ ਗੱਲ ਸੋਚੀ ਨੀ ਜੇ ਤੈਨੂੰ ਪੈਸੇ ਦਿੱਤੇ ਹੁੰਦੇ ਤੇ ਤੂੰ ਕੱਲ ਨੂੰ ਆਉਂਦੀਆਂ ਫੜਾਉਂਦੀ ਕੱਲ ਨੂੰ ਕੀ ਫੜਾਉਂਦੀ ਆਪਣੀ ਕੋਲ ਰਾਤੀ ਕੀ ਕਰਨ ਨਹੀਂ ਆ ਨਹੀਂ ਨਹੀਂ ਦੀਦੀ ਰਾਤੀ ਤੇ ਵੈਸੇ ਕਿ ਵੇਲਾ ਹੋ ਗਿਆ ਸੀ ਆਉਂਦੇ ਆਉਂਦੇ ਆ ਤੇ ਮੈਂ ਸੋਚਿਆ ਚੱਲ ਸਵੇਰੇ ਦਿੰਨੀ ਆ ਦੀਦੀ ਨੂੰ ਆਰਾਮ ਨਾਲ ਹੌਸਲੇ ਨਾ ਤੇ ਤੁਸੀਂ ਆਪਣੇ ਪੈਸੇ ਫੜ ਲਓ ਮੇਰੇ ਪਰਸ 'ਚ ਪਏ ਆ ਮੇਰੀ ਗੱਲ ਸੁਣ ਜ਼ਿਆਦਾ ਚਲਾਕ ਨਾ ਬਣ ਆ ਵੇਖ ਲਾ ਆ ਜਿਹੜੀ ਤੇਰੀ ਤਾਈ ਨੇ ਕਾਂਟੇ ਪਾਏ ਨਾ ਉਹ ਪਾ ਲੇ ਇਹਨੂੰ ਸ਼ਰਮ ਆਉਂਦੀ ਹੋਣੀ ਆ ਕਿ ਆਪਣੇ ਜਿਹੜੇ ਸੌਰ ਇਹਦੇ ਪੇਕਿਆਂ ਦੇ ਕਾਂਟੇ ਪਾਏ ਸੀ ਉਹ ਲਾ ਤੇ ਲਾ ਛੇਤੀ ਕਰ ਚੱਲ ਚੱਲ ਚੈਨ ਲਾ ਆ ਘਰ ਹੀ ਪਾ ਕੇ ਬੈਠੀ ਆ ਆ ਲਾੜਾ ਇਹਨੂੰ ਕੰਮ ਕਰ ਕੰਨਾ ਹੁਣ ਤੂੰ ਖਲੋਤੀ ਕੀ ਕਰਨ ਦੀ ਲਵਾ ਜੇ ਕੰਨਾ ਚੋਂ ਲਾ ਲਾ ਇਹਦੇ ਦੂਜਾ ਲਾ ਆਪੀ ਲਾ ਲਾ ਚੱਲ ਚੱਲ ਲਾ ਜੇ ਪੀੜ ਕਰਦੇ ਆ
ਚੈਨੀ ਦਾ ਤੇ ਆਪਣੀ ਮਾਂ ਨੂੰ ਕਹਿੰਦੀ ਕਿ ਮੈਨੂੰ ਗਲ ਵਿੱਚ ਚੈਨੀ ਪਾਉਣ ਦਾ ਬੜਾ ਸ਼ੌਂਕ ਹੈ। ਉਹ ਦੂਜਾ ਵੀ ਲਾ, ਛੇਤੀ ਲਾ, ਜਲਦੀ ਲਾ, ਛੇਤੀ ਲਾ। ਤੂੰ ਲਾਣੇ ਕਿ ਨਹੀਂ ਲਾਣੇ ਮੈਨੂੰ ਦੱਸ, ਕਿ ਮੈਂ ਦੂਜੇ ਤਰੀਕੇ ਆਵਾਂ। ਲੱਕੀ ਆ ਕਰਨ ਕੀ ਡਿਆ ਤੂੰ, ਇੱਧਰ ਆ ਜਰਾ, ਬਾਕੀ ਕਹਿਣਾ ਹੀ ਪੜੋ। ਤੈਨੂੰ 10,000 ਕਿੰਨੇ ਦੇਤਾ? ਨਹੀਂ ਨਹੀਂ ਬਾਜੀ, ਉਹ ਨਾ ਮੈਂ ਆਪਣੀ ਭਰਜਾਈ ਨਾਲ ਤੇ ਮਾਂ ਨਾਲ ਗੱਲ ਕੀਤੀ ਸੀ। ਉਹਨਾਂ ਨੇ ਮੈਨੂੰ ਸੀਮਾ ਦੀਦੀ ਦੇ ਸੂਟ ਵਾਸਤੇ ਪੈਸੇ ਦਿੱਤੇ ਨੇ। ਕਿੰਨੇ? 500 ਰੁਪਿਆ? ਨਹੀਂ ਦੀਦੀ, ਉਹਨਾਂ ਨੇ ਮੈਨੂੰ 3,000 ਰੁਪਿਆ ਦਿੱਤਾ ਵਾ। ਨੀ ਜੇ ਇੰਨੀ ਮੱਤ ਹੁੰਦੀ ਉਹਨਾਂ ਨੂੰ, ਨੀ ਇੰਨੀ ਅਕਲ ਹੁੰਦੀ ਉਹਨਾਂ ਨੂੰ, ਕੱਲ ਕੱਪੜੇ ਸਾਡੇ ਸਾਰੇ ਟੱਬਰ ਦੇ ਬੰਦੇ ਸੀ, ਕੱਲ ਤੇ ਉਹਨਾਂ ਕੋਲ ਕੁਝ ਸਰਿਆ ਨੀ ਤੇ ਅੱਜ ਤੈਨੂੰ ਉਹਨਾਂ ਨੇ 3,000 ਰੁਪਿਆ ਦੇ ਦਿੱਤਾ। ਨੀ ਇਹਨੂੰ ਫੜ ਜੁੰਡਿਆ ਤੋਂ, ਤੈਨੂੰ ਵਾਰ ਰਸੋਈ ਚ ਚਾਰ ਚੌਂਕੇ ਸਾਰਾ ਸੀਮਾ ਕੋ ਸਿੱਖ ਲਾ, ਜੋ ਜੋ ਜਿੱਥੇ ਜਿੱਥੇ ਪਿਆ ਵਾ ਸਿੱਖ ਲਾ। ਇਹਨੂੰ ਆਪ ਨੂੰ ਨੀ ਪਤਾ, ਫਿਰ ਤੂੰ ਦੱਸਣਾ ਨੀ ਆ ਸਮਾਨ ਕਿੱਥੇ ਕਿੱਥੇ ਪਿਆ ਵਾ। ਸਹੀ ਵਿੱਚ ਹੀ ਪਿਆ ਏ, ਪੇਟੀਆਂ ਚ ਨਹੀਂ ਰੱਖਿਆ। ਆ ਵੇਖ ਲੈ ਤੇ ਸਾਰਾ ਸਮਾਨ ਪਿਆ ਏ ਤੇ ਬਣਾ ਲਾ ਕਿ ਕੁਝ ਵਧੀਆ ਗਿਆ। ਵਧੀਆ ਰੋਟੀ ਬਣਾ ਕੇ ਲਾਇਆ ਬੇਟੇ ਹੀ ਬਾਰ ਬਾਰ। ਰਣਜੀਤ ਮੇਰੀ ਗੱਲ ਸੁਣੋ ਧਿਆਨ ਨਾਲ। ਕੀ ਹੋਇਆ? ਇੱਧਰ ਤੇ ਆਓ। ਹਾਂ ਪਤਾ ਕੀ ਹੈ,
ਤੁਹਾਨੂੰ ਤੇ ਪਤਾ ਹੀ ਆ ਮੈਂ ਤੇ ਅਜੇ ਨਵੀਂ ਨਵੀਂ ਇਸ ਘਰ ਚ ਆਈ ਆ। ਤੇ ਮੰਮੀ ਜੀ ਹੁਣਾਂ ਨੇ ਮੈਨੂੰ ਅੱਜ ਹੀ ਚੌਂਕੇ ਚੜਾਤਾ, ਦੀਦੀ ਨੇ ਤੇ ਭਾਜੀ ਨੇ ਵੀ ਕੁਝ ਨੀ ਕਿਹਾ, ਉਹ ਕਹਿੰਦੇ ਕਰਨਾ ਕੰਮ, ਚੱਲ ਕੰਮ ਕਰ। ਹਾਂ ਵੇਖੋ ਨਾਲੇ ਮੇਰੀ ਚੇਨ ਮੇਰੇ ਟੋਪਸ ਸਾਰਾ ਕੁਝ ਲਵਾ ਲਿਆ। ਹਾਂ ਤੇ ਮੈਨੂੰ ਚਾਰ ਦਿਨ ਹੋਏ ਆਈ ਨੂੰ। ਰਣਜੀਤ ਮੇਰੀ ਗੱਲ ਸੁਣੋ, ਇਹਨਾਂ ਨਾਲ ਗੱਲ ਕਰੋ ਨਾ। ਅੱਛਾ ਤੁਸੀਂ ਗੱਲ ਕਰੋ ਇਹਨਾਂ ਨਾਲ। ਚੱਲ ਆ ਇੱਧਰ ਮੜਾਇਆ, ਚਲੋ ਚਲਾ ਮੜਾਇਆ ਮੇਰੇ ਨਾਲ। ਮੰਮੀ ਇੱਧਰ ਆਓ, ਆ ਕੀ ਕੀਤਾ ਇਹਦੇ ਨਾਲ? ਗੱਲ ਸੁਣਨੀ ਮੇਰੀ ਚਿੱਟੀਏ ਜੀਏ, ਇੱਧਰ ਰਿਹਾ। ਆ ਜਿਹੜੇ ਤੇਰੇ ਮਾਂ ਨੇ ਕੱਲ ਮੈਨੂੰ ਕੱਪੜੇ ਦਿੱਤੇ ਆ ਉਹ ਮੇਰੇ ਪਾਉਣ ਵਾਲੇ ਆ? ਮੈਂ ਤੇ ਇੱਦਾਂ ਦੇ ਕੱਪੜੇ ਕਦੀ ਪਾਵਾਂਗਾ। ਮੇਰੀ ਸੁਣ ਲਾ ਗੱਲ, ਅੱਗੇ ਤੋਂ ਮੈਨੂੰ ਇੱਦਾਂ ਦੇ ਕੱਪੜੇ ਦਿੱਤੇ ਨਾ ਤਾਂ ਤੈਨੂੰ ਚੁੱਕ ਕੇ ਕੱਪੜਿਆਂ ਸਣੇ ਘਰੋਂ ਬਾਹਰ ਮਾਰੂੰਗਾ। ਰਸੋਈ ਚ ਮਾਰ ਕੇ ਲੋ। ਤੈਨੂੰ ਕੀ ਲੱਗਾ ਰਾਣਾ ਤੇਰੇ ਵੱਲ ਦੀ ਗੱਲ ਕਰੂਗਾ? ਤੇ ਭਲੇ ਖਿੱਚਣਾ ਰਹੀ ਭਲੇ ਅੱਖਾਂ ਕੱਢ ਦੇ, ਇਹਨੇ ਸਾਡੇ ਵੱਲ ਦੀ ਗੱਲ ਕਰੂ। ਲੱਗੀ ਸਮਝ? ਜਾ ਕੇ ਕੰਮ ਕਰ। ਬਸ ਬਥੇਰੀ ਐਸ਼ ਕਰਨੀ ਜਿਹੜੀ ਕਰਨੀ ਸੀ ਪੇਕਿਆਂ ਘਰ, ਹੁਣ ਸੁਣ ਲਾ। ਦੂਜੀ ਗੱਲ, ਮੈਂ ਵਿਚੋਲੋ ਨੂੰ ਫੋਨ ਤੇ ਕਰੀ, ਉਹ ਕਹਿੰਦੀ ਸੀ ਨਾਲ ਫਰਿੱਜ ਵੀ ਦੇਣਾ, ਏਸੀ ਵੀ ਦੇਣਾ। ਆ ਕਿੰਨਾ ਕੁਝ ਸਮਾਨ ਤੇ ਲਿਖਾ ਕੇ ਗਈ ਸੀ। ਫਰਿੱਜ ਵੱਲੋਂ ਡਬਲ ਡੋਰ ਵੱਲ ਗਈ, ਛੋਟੀ ਕੀ ਕਰਨੀ ਆਪਾਂ? ਸੁਣਦਾ ਹੀ ਤੇਰੀ ਭਾਬੀ ਤੇ ਬੜੀ ਹੋਬੋ ਕੀ ਕਹਿੰਦੀ ਸੀ ਕੱਲ ਮੈਨੂੰ, ਭਾਜੀ ਇਹਨੂੰ ਲੈ ਕੇ ਦਿਓ ਮਾੜਾ ਜਿਹਾ ਫੋਨ। ਚਲੋ ਫੋਨ ਨਾ ਲੈ ਕੇ ਦਵਾਂ, ਇਹਨੂੰ ਕੀ ਗੋਲੀ ਵੱਜੀ ਆ? ਮੇਰੀ ਗੱਲ ਸੁਣ, ਪੇਪਲੇ ਖਿੱਚ ਨਾ ਰਹੀ, ਤੂੰ ਨੌ ਰਾਣੀ ਨੀ ਇੱਥੇ, ਤੂੰ ਨੌਕਰਾਣੀ ਆ। ਚੱਲ ਜਾ ਕੇ ਆਪਣਾ ਕੰਮ ਕਰ, ਇਹੋ ਤੇਰਾ ਕੰਮ ਹੀ ਇੱਥੇ। ਨਾਲੇ ਰਾਣੇ ਉਹ ਵੀ ਗੱਲ ਕਰ ਲਾ, ਅਮੁੰਦਰੀ ਲਾ ਕੇ ਦੇ, ਤੇ ਜਾਂ ਫਿਰ ਇੰਜ ਕਰ ਜਿਹੜੇ ਦੇ ਪੇਕਿਆਂ ਨੇ ਟੋਪਸ ਨਹੀਂ ਸੀ ਪਾਏ ਉਹ ਵਿੱਚ ਤੜਵਾ, ਠੀਕ ਆ? ਉਹ ਤੜਵਾ ਕੇ ਤੇ ਆਪਣੀ ਮੁੰਦਰੀ ਭਾਰੀ ਕਰਵਾ, ਹੈ? ਸੁਣ ਲਿਆ? ਨਾਲੇ ਇੱਕ ਗੱਲ ਹੋਰ ਰਾਣੇ, ਇਹਦੇ ਕੋਲ ਇਹਦਾ ਫੋਨ ਲੈ ਲਾ। ਫੋਨ ਨਾ ਆਪਣਾ ਫਰਾਦੀ ਮਾਨਤੀ ਮਿਲੀ, ਮੇਰੇ ਪੁੱਛੇ ਬਿਨਾ ਕਿਤੇ ਫੋਨ ਕਰਨਾ ਨਹੀਂ, ਇਹ ਗੱਲ ਯਾਦ ਰੱਖੀ, ਤੇਰਾ ਹੀ ਭਲਾ ਹੀ ਇਹਦੇ 'ਚ। ਚਲ ਜਾ, ਸੋਈ ਜਾ। ਝੂਠਾ ਯਾਰ, ਰੋਂਦੇ ਹੀ ਇਹਦੇ, ਅਸੀਂ ਪਿਘਲ ਜਾਂਗੇ ਤੇਰੇ ਰੋਣ ਤੇ ਗਏ। ਹੱਫਾਂ ਤੇ ਵੱਡੇ ਵੱਡੇ ਕਾਰਵਾਈਆਂ ਉੱਥੇ ਨੀ ਪਿਘਲੇ, ਇੱਥੇ ਪਿਘਲਣਾ। ਇਹ ਚਿੱਟੀ ਬਿੱਲੀ ਦੇ ਕਹਿੰਦੇ ਪਿਘਲ ਜਾਵਾਂਗੇ ਆਪਾਂ। ਰਾਣੇ ਆ ਤਾਂ ਬਹੁਤ ਹੀ ਵਧੀਆ ਕੰਮ ਕੀਤਾ, ਸਵਾਦ ਲਿਆਂਦਾ ਤੂੰ। ਓਏ ਦੱਤ ਪਾਉਣੀ ਜ਼ਰੂਰੀ ਮੰਮੀ ਨੂੰ। ਨੱਥ ਕੀ, ਨਾਲੇ ਮੇਰੀ ਗੱਲ ਸੁਣ ਲਾ। ਆ ਕਹਿ ਦੇ ਇਹਨੂੰ, ਅੜੇ 500-500 ਰੁਪਇਆ ਦਿੰਦੀ ਪਈ ਨਾ ਇਹਦੀ ਮਾਂ, ਆਪਾਂ ਕੋਈ ਮੰਗਦੇ ਆ? ਹੁਣ ਆਪਾਂ 500-500 ਨੀ ਲੈਣੇ, ਆਪਾਂ ਡੋਲਰ ਕਢਾਉਣੇ ਇਹਨਾਂ ਦੇ ਘਰੋਂ। ਭਰਾ ਬਾਹਰ ਡੋਲਰ ਵਾਧੂ ਭੇਜ ਦਵਾਂ। ਆ ਵੇਖੀ ਜਾਓ ਭੈਣੇ ਬਣਦਾ ਕੀ ਆ। ਹਜੇ ਤੱਕ ਤੇ ਭਰਾਵਾ 4 ਦਿਨਾਂ ਤੋਂ ਕੁਝ ਬਣਿਆ ਨਹੀਂ, ਆਪਾਂ ਇੰਨੇ ਦਿਨ ਕੀ ਬਣ ਜਾਣਾ? ਉਹ ਵੀ ਸਾਡੀ ਹਿੰਮਤ ਨਾਲ, ਤੂੰ ਤੇ ਬੇਟਾ ਚੁੱਪ ਕਰਕੇ। ਉਹ ਭੈਣੇ ਦਿਖਾ ਦਿੱਤਾ ਨੂੰ ਰੰਗ, ਹੁਣ ਵੇਖੀ ਸਭ ਕੁਝ ਆ ਜਾਣਾ ਤੇਰਾ, ਟੈਨਸ਼ਨ ਨਾ ਲਓ। ਤੁਸੀਂ ਹੋਰ ਵਿਖਾ
ਜੇ ਨਹੀਂ ਨਾ ਆਊਗੀ ਲੈਣ ਤੇ ਤਾਂ ਪੂਰਾ ਰੰਗ ਵਿਖਾਵਾਂਗੇ ਪਹਿਲੀ ਜਨੂੰ। ਰੱਖ ਦੇ ਆ ਕੀ ਆ, ਨਾ ਕੋਈ ਸਲਾਦ, ਨਾ ਕੋਈ ਚਾਰ, ਨਾ ਗੱਲ, ਨਾ ਆਵਾਜ਼, ਨਾ ਦਹੀਂ। ਮੈਂ ਨਾ ਫਰਿੱਜ ਵੇਖੀ ਸੀ, ਉਹਦੇ ਚ ਕੁਝ ਵੀ ਨੀ ਹੈਗਾ। ਤੇ ਲੁੱਟੇ ਸੀ? ਆਲੂ ਨਿਊਟਰੀ ਮੈਂ ਬਣਾ ਲਈ ਬਸ। ਆ ਕੀ ਆ, ਗੱਲ ਸੁਣ ਮੇਰੀ। ਆ ਵਿੱਚ ਨਾ ਕੋਈ ਲੂਣ ਕੁਛ ਹੈਗਾ ਬਣਾਉਣ ਦੀ ਅਕਲ ਹੈਗੀ ਤੂੰ ਮਾੜੀ ਮੋਟੀ ਵੀ? ਕੀ ਸਕਦੀ ਆਈ ਤੁਸੋਂ? ਕੀ ਰੋਈ ਜਾਨੀ ਆ, ਨਾ ਤੈਨੂੰ ਕੰਮ ਦੀ ਅਕਲ ਹੈ? ਕੀ ਵਿਆਹ ਕਰਾਇਆ ਤੂੰ? ਰੋਈ ਜਾ ਤੁਣ, ਆ ਡਰਾਮੇ ਜੇ ਮੈਨੂੰ ਨੀ ਪਸੰਦ ਹੈਗੇ। ਰੋਟੀ ਬਣਾਈ ਨੇ, ਨਾ ਵਿੱਚ ਕੋਈ ਲੂਣ, ਨਾ ਸਬਜ਼ੀ ਚ ਕੁਛ ਨੀ ਗਾ। ਇਹ ਅਕਲ ਇਹਨੂੰ, ਉਤੋਂ ਝੂਠਾ ਝੂਠਾ ਰੋਂਦੇ ਹੀ ਮੇਰੇ ਗਾੜੀ। ਦੀਦੀ ਲੂਣ ਥੋੜਾ ਵੱਧ ਹੋ ਗਿਆ। ਚੁੱਪ ਕਰ ਜਾ ਤੇ, ਚੁੱਪ ਕਰ ਜਾ। ਲੱਗੀ ਮੇਰੇ ਭਰਾ ਦੀ ਕਹਿ ਕੌਣ ਇਹਨੂੰ? ਨਾ ਮੇਰੇ ਮਾਰਾ ਇੱਕ ਤੇਰੇ ਹੱਕੇ ਪੈਣੇ। ਇਹਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾ, ਮੈਂ ਦੱਸਾਂ ਤੈਨੂੰ ਮੈਂ ਨਾ, ਮੈਂ ਤਾਂ ਕੋਈ ਕਾਰਾ ਹੋ ਜਾਣਾ ਹੀ। ਭੈਣੇ ਕਮਾਲ ਕਰਤੀ ਤੂੰ ਤੇ ਹੈਂ। ਲੱਗੀ ਮੈਨੂੰ ਤੇਰੀਆਂ ਚੋਰੀਆਂ ਕਰਨ, ਇਹਨੂੰ ਤੇ ਮੈਂ ਸੈੱਟ ਕਰਦਾ ਦੂਜੇ ਦਿਨ। ਇਹ ਜਿਹੜੀ ਬੋਧੀ ਸਿਰ ਤੇ ਚੜੀ ਆ, ਇਹ ਤਾਂ ਸੈੱਟ ਕਰ ਕਰਾ, ਮੇਰੀ ਲੋੜ ਨਾ ਪਵੇ ਜਿਹੜੀ। ਕੋਈ ਨੀ, ਕਿਤੇ ਲੋੜ ਪਏਗੀ ਆਵਾਜ਼ ਮਾਰ ਲਾਂਗੀ। ਬਹਿ ਜਾ ਤੂੰ ਜਾ ਕੇ, ਆ ਚੁੱਕ ਲੋ ਟੀ ਤੋਂ ਤੇ ਬਣਾ ਦੂਜੀ ਸਬਜ਼ੀ, ਤੇ ਬੋਧਾ ਮੁਸਕਲ ਦੀ ਨੀ ਲੋੜ ਹੈਗੀ। ਸਬਜ਼ੀ ਫ੍ਰਿਜ ਚ ਸਾਰੀ ਪਈ ਆ, ਫੜ ਸਬਜ਼ੀ ਤੇ ਉਹਨੂੰ ਬਣਾ। ਖੋਲ ਫ੍ਰਿਜ, ਫ੍ਰਿਜ ਖੋਲ, ਖੋਲ ਫ੍ਰਿਜ, ਕੱਢ ਆਵੇ ਪਈ ਸਬਜ਼ੀ, ਫੜ ਇਹਨੂੰ ਬਣਾ ਕੇ ਤੇ ਛੇਤੀ ਆ। ਰਾਜਮਾਂਹ ਬਣਾ ਲਾ, ਅਦਰਕ ਟਮਾਟਰ ਪਿਆਜ਼ ਉੱਤੇ ਪਏ ਹੋ। ਸ਼ਹਿਰ ਪਾਵੇਂ ਵੱਡੇ ਅੰਮੀਏ।
ਤੈਨੂੰ ਸਹੁਰੇ ਘਰ ਬੜਾ ਸੁੱਖ ਮਿਲਣਾ ਵਾ। ਆ ਵੇਖੀ ਪੁੱਤ, ਜਿੱਥੇ ਤੇਰਾ ਰਿਸ਼ਤਾ ਕੀਤਾ ਹੈ ਨਾ, ਤੂੰ ਬੜੀ ਸੁਖੀ ਰਹਿਣਾ ਸਾਰੀ ਉਮਰ। ਤੈਨੂੰ ਮਾਸਾ ਦੁੱਖ ਨੀ ਮਿਲਣਾ ਕਿਤੇ। ਹਾਂ, ਸੁੱਖ ਮਿਲਿਆ ਮੈਨੂੰ ਜਿੱਦਣ ਦੀ ਆਈ, ਬਸ ਛਿੱਤਰਾਂ ਜੋਗੀ ਇੰਨੇ ਲਾਲਚੀ ਬੰਦੇ ਸਾਰਿਆਂ ਵਿੱਚੋਂ ਇੱਕ ਹੀ ਸਮਝਦਾਰ ਹੋ ਗਏ। ਕੋਈ ਮੇਰਾ ਧਿਆਨ ਕਰੇ, ਮੈਂ ਕਿਹਨੂੰ ਦੱਸਾਂ ਜਾ ਕੇ। ਜੇ ਤੇ ਕੋਈ ਆਵਾਜ਼ ਹੀ ਨਹੀਂ ਆਉਂਦੀ, ਮੰਮੀ ਕਿੱਥੇ ਚਲ ਗਏ ਆ? ਹਾਏ ਰੱਬਾ, ਨਿਕਲੈ ਨਹੀਂ ਹੈ, ਨਹੀਂ ਬਲਸ਼ ਨਹੀਂ ਹੈ। ਰਹਿ ਰਹਿ ਸਵੇਰੇ ਥੱਲੇ ਬਹਿ ਕੇ ਰੋ ਨਹੀਂ ਉੱਠ। ਮੇਰੀ ਗੱਲ ਸੁਣ, ਇੱਥੇ ਰੋਣਾ ਤਾਂ ਮੈਂ ਬੰਦ ਕਰ ਦੇ, ਬੰਦ ਕਰ ਦੇ। ਜਦੋਂ ਪੇਕੇ ਜਾਏਂਗੇ ਨਾ, ਤੇ ਉਹਨਾਂ ਨੂੰ ਜਾ ਕੇ ਰੋਈ, ਤੇ ਹੋ ਜਾ ਸੋਈ ਵੱਲ। ਸਵੇਰ ਦੀਆਂ ਰੋਟੀਆਂ ਜਿਹੜੀਆਂ ਖਵਾਈਆਂ ਤੇ ਕੰਮੀਆਂ ਖਵਾਈਆਂ, ਹੁਣ ਜੇ ਤੂੰ ਨਕੰਮੀ ਰੋਟੀ ਬਣਾਈ ਨਾ, ਤੇ ਤੈਨੂੰ ਮੈਂ ਬਾਹਰ ਕੱਢਦੇ ਨਹੀਂ ਫੜ ਕੇ। ਰੋਣਾ ਤਾਂ ਨਾ ਪਾਇਆ ਇੱਥੇ। ਜਾ ਚਿਆ ਨਾ, ਹੋ ਜਾ ਸ਼ੁਰੂ, ਫੜ ਦੇਣਾ ਕੁੱਕਰ, ਉਬਾਲ ਲੈਣਾ ਰਾਜਮਾ। ਜੇ ਹੁਣ ਮੈਨੂੰ ਤੇਰੀ ਆਵਾਜ਼ ਆਈ ਨਾ, ਤੇ ਮੈਂ ਫੇਰ ਆ ਜਾਣੀ ਵਾਪਸ। ਮੇਰੀ ਗੱਲ ਸੁਣ ਲੈ, ਆ ਇੱਕ ਗੱਲ ਤੇ ਲਾਸ਼ ਪਈ ਹੋ, ਤੇ ਹੁਣ ਦੂਜੀ ਤੇ ਪੈ ਜਾਣੀ ਹੋ। ਮੈਂ ਪੁੱਟੇ ਹੱਥ ਦੀ ਮਾਰਨੀ, ਹੁਣ ਸਿੱਧੇ ਹੱਥ ਦੀ, ਤੇ ਤੂੰ ਸਵਾਦ ਵੇਖ ਲਿਆਈ।